ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਠਾਕੁਰ ਅਮਨਦੀਪ ਸਿੰਘ ਸਵਾਗਤ ਕਰਦਾ ਹਾਂ। ਦੋਸਤੋ, 25 ਜੂਨ 2019 ਇਸ ਦਿਨ ਚੰਡੀਗੜ੍ਹ ਦੇ ਮਸ਼ਹੂਰ ਟ੍ਰਿਬਿਊਨ ਚੌਂਕ ਦੇ ਕੋਲ ਇੱਕ ਕੁੜੀ ਵੱਲੋਂ ਇੱਕ ਮੁੰਡੇ 'ਤੇ ਲੋਹੇ ਦੀ ਰੌਡ ਦੇ ਨਾਲ ਹਮਲਾ ਕੀਤਾ ਗਿਆ। ਮੁੰਡਾ ਆਪਣੇ ਪਰਿਵਾਰ ਦੇ ਨਾਲ ਸੀ। ਉਹ ਮੁੰਡਾ ਇਸ ਵੇਲੇ ਸਾਡੇ ਨਾਲ ਮੌਜੂਦ ਹੈ, ਪੀੜਿਤ ਹੈ, ਟਾਂਕੇ ਲੱਗੇ ਨੇ ਸਿਰ 'ਤੇ, ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ? ਨਿਤਿਸ਼। ਨਿਤਿਸ਼ ਜੀ, ਉਸ ਦਿਨ ਹੋਇਆ ਕੀ ਸੀ ਵਾਕਾ? ਗੱਡੀਆਂ ਜੋ ਵੀਡੀਓ ਵਿੱਚ ਦਿਖ ਰਿਹਾ, ਆਮੋ ਸਾਹਮਣੇ ਗੱਡੀਆਂ ਖੜੀਆਂ ਨੇ, ਕੁੜੀ ਤੁਹਾਨੂੰ ਰੌਡ ਦੇ ਨਾਲ ਮਾਰ ਰਹੀ ਹੈ। ਸਰ, ਮੈਂ ਆਪਣੀ ਫੈਮਿਲੀ ਕੋ PGI ਸੇ ਲੈ ਕੇ ਆਪਣਾ ਬਲਟਾਣਾ ਛੋੜਨੇ ਜਾ ਰਹਾ ਹਾਂ, ਜੋ ਮੇਰੇ ਸਾਥ ਮੇਰੇ ਮਾਮਾ ਜੀ ਕੀ ਸਾਲੇ ਜੀ ਕੀ ਵਾਈਫ ਥੇ ਔਰ ਉਨਕੀ ਸ਼ਿਸ਼ਰ ਛੋਟੇ ਛੋਟੇ ਬੱਚੇ ਥੇ। ਹਮ ਟ੍ਰਿਬਿਊਨ ਚੌਕ ਸੇ ਲੈਫਟ ਸਾਈਡ ਹਮ ਸਲਿਪ ਰੋਡ ਪੇ ਹੋਏ। ਮੈਂ ਥੋੜ੍ਹੀ ਸੀ ਅੱਗੇ ਜਾਤੇ ਇੱਕ ਲੜਕੀ ਗਾੜੀ ਕੁਛ ਜ਼ਿਆਦਾ ਤੇਜ਼ ਅੱਗੇ ਲੈ ਕੇ ਜਾ ਰਹੀ ਸੀ ਔਰ ਵਹਾਂ ਸੇ ਪਿੱਛੇ ਆਪਣਾ ਰਿਵਰਸ ਗੇਅਰ ਪਾ ਕੇ ਕੁਛ ਜ਼ਿਆਦਾ ਤੇਜ਼ ਲੈ ਕੇ ਆ ਰਹੀ ਸੀ। ਉਸੇ ਮੁਝੇ ਇੱਕਦਮ ਬ੍ਰੇਕ ਮਾਰਨੀ ਪੜੀ ਔਰ ਮੈਨੇ ਉਸ ਲੜਕੀ ਸੇ ਕਹਾ, ਮੈਂ ਕਿਹਾ ਯੇ ਕਿਸ ਤਰ੍ਹਾਂ ਕਰ ਰਹੇ ਹੋ ਆਪ, ਚੰਡੀਗੜ੍ਹ ਮੇਂ ਰੋਂਗ ਵੇ ਤੋ ਹੈ ਨਹੀਂ, ਆਪ ਰੋਂਗ ਵੇ ਲੈ ਕੇ ਜਾ ਰਹੇ ਹੋ। ਕਹਿੰਦੇ ਤੇਰੇ ਕਿ ਯਾਰ, ਉਸਨੇ ਮੇਰੇ ਕੋਲ ਮਿਸਬਿਹੇਵ ਗਾਲੀ ਵੀ ਦੀ, ਕੁਛ ਹੋਰ ਵੀ ਖਾ, ਉਸਨੇ ਇੱਕਦਮ ਰੋਡ ਨਿਕਾਲੀ ਗੱਡੀ ਸੇ, ਮੈਂ ਤੇਰੇ ਕੋ ਬਤਾਉਂਗੀ ਮੈਂ, ਉਸਨੇ ਮੇਰੇ ਰੋਡ ਹੀ ਰੋਡ ਰੋਡ। ਕੁੜੀ ਨੇ ਤੁਹਾਨੂੰ ਗਾਲਾਂ ਦਿੱਤੀਆਂ? ਹਾਂਜੀ। ਉਸਨੇ ਕਹਾ, ਅਬ ਮੈਂ ਗਾਲੀ ਆਪਕੋ ਕਿਆ ਬਤਾਊਂ ਕਿਆ ਨਹੀਂ ਦੀ। ਉਸਨੇ ਮੈਨੂੰ ਯਹੀ ਕਹਾ, ਮੈਂ ਕਿਆ ਹੋ ਗਿਆ ਤੇਰੇ, ਮੈਂ ਕਿਹਾ ਤੂੰ ਪਿੱਛੇ ਕਰ ਲਈ ਆਪਣੀ ਗਾੜੀ। ਕਹਿੰਦੀ ਮੈਂ ਨਹੀਂ ਕਰੂੰਗੀ, ਤੂੰ ਪਿੱਛੇ ਕਰ ਲੈ, ਬੇਸ਼ੱਕ ਮੇਰੀ ਗਾੜੀ ਚੱਲ ਰਹੀ ਹੈ, ਮੈਂ ਚਲਤੇ ਹੋਏ ਗਾੜੀ ਕੋ ਬੈਕ ਗੇਅਰ ਕਿਸ ਤਰ੍ਹਾਂ ਵਾਕੋ ਪਿੱਛੇ ਮੈਂ ਕਰ ਸਕਦਾ ਹਾਂ। ਉਹ ਕਹਿੰਦੀ ਤੂੰ ਪਿੱਛੇ ਹੋ ਜਾ, ਫਿਰ ਮੈਨੇ ਵੀ ਬ੍ਰੇਕ ਮਾਰ ਦੀ, ਮੈਂ ਕਿਹਾ ਮੈਂ ਨਹੀਂ ਪਿੱਛੇ, ਮੈਂ ਤੂੰ ਪਿੱਛੇ, ਤੂੰ ਗਲਤ ਆ ਰਹੇ ਹੋ, ਮੈਂ ਤਾਂ ਆਪਣਾ ਸਹੀ ਉਸ ਪਰ ਆ ਰਹਾ, ਮੈਂ ਕਿਹਾ ਮੈਂ ਪਿੱਛੇ ਨਹੀਂ ਹੋਊਂਗਾ ਬਾਈ। ਥੋੜ੍ਹੀ ਸੀ ਬਾਤ ਪਰ ਸਰ ਰੋਡ ਨਿਕਾਲੀ ਗੱਡੀ ਮੈਂ, ਉਸਨੇ ਰੋਡ ਹੀ ਰੋਡ ਮੇਰੇ ਸਿਰ 'ਤੇ। ਉਸਦੀ ਗੱਡੀ ਦੇ ਵਿੱਚ ਪਹਿਲਾਂ ਹੀ ਰੋਡ ਪਈ ਹੋਈ ਸੀ? ਹਾਂਜੀ ਸਰ, ਉਸਦੀ ਗੱਡੀ ਮੈਂ ਰੋਡ ਥੀ, ਸੀਟ ਕੇ ਨੀਚੇ ਉਸਨੇ ਰੋਡ ਨਿਕਾਲੀ, ਮੈਂ ਆਪਣੀ ਆਪਕੋ ਸਾਹਮਣੇ ਸੇ ਦੇਖਿਆ ਰੋਡ ਨੇ ਆਪਣੀ ਗੱਡੀ ਮੈਂ ਸੇ ਨਿਕਾਲੀ ਤੀ। ਉਸਦੇ ਨਾਲ ਗੱਡੀ ਵਿੱਚ ਹੋਰ ਕੋਈ ਮੌਜੂਦ ਸੀ? ਹਾਂਜੀ, ਉਸਦੇ ਨਾਲ ਉਸਦੀ ਗੱਡੀ ਦੇ ਵਿੱਚ ਕੋਈ ਹੋਰ ਮੌਜੂਦ ਸੀ ਨਾਲ? ਹਾਂਜੀ, ਇੱਕ ਲੇਡੀਜ਼ ਸੀ ਜੀ, ਇੱਕ ਜੈਂਟਸ ਤੇ, ਜੈਂਟਸ ਪਗੜੀ ਪਾਈ ਹੋਈ ਸੀ, ਕਾਫੀ ਦਾੜੀ, ਕਮ ਸੇ ਕਮ 70-80 ਸਾਲ ਕੇ ਬੰਦਾ ਦਾ ਸਾਥ ਸੁਣ ਕੇ, ਔਰ ਇੱਕ ਲੇਡੀਜ਼ ਸੀ ਗ੍ਰੀਨ ਸੂਟ ਮੈਂ। ਤੁਹਾਨੂੰ ਕਿੰਨੇ ਟਾਂਕੇ, ਚੋਟ ਕਿੰਨੀ ਆਈ ਹੈ? ਸਰ, 4 ਟਾਂਕੇ ਆਏ ਮੇਰੇ, ਹੋਰ ਹੱਥ 'ਤੇ ਮੇਰੇ ਚੋਟ ਲੱਗੀ ਹੈ ਥੋੜ੍ਹੀ ਸੀ, ਸ਼ੋਲਡਰ 'ਤੇ ਆ, ਬਾਕੀ ਇਹ ਸਵੈਲਿੰਗ ਹੋਈ ਹੋਈ ਹੈ ਪੂਰੀ। ਆਪਕੋ ਮੇਰੇ ਹੱਥ ਮੈਂ ਕੜਾ ਤਾਂ, ਅਗਰ ਉਹ ਕੜਾ ਨਾ ਪਾਇਆ ਹੁੰਦਾ ਤਾਂ ਮੇਰੀ ਇਹ ਹੱਡੀ ਫ੍ਰੈਕਚਰ ਹੋ ਸਕਦੀ ਸੀ ਮੇਰੀ। ਕੜੇ ਨੇ ਬਹੁਤ ਬਚਾਵ ਕਰਿਆ, ਜਿਸ ਤਰ੍ਹਾਂ ਉਹ ਮੇਰੇ ਮਾਰ ਰਹੀ ਸੀ, ਤਾਂ ਕੜਾ ਇੱਕ ਵਾਰ ਯਹਾਂ ਪਰ ਵੀ ਲਗਾਇਆ ਤਾਂ ਕੜਾ ਚੀਬਾ ਹੋ ਚੁੱਕਾ ਪੂਰਾ। ਅਗਰ ਕੜਾ ਨਾ ਹੁੰਦਾ ਤੁਮਕੋ ਜਾਨ ਸੇ ਖਤਰਾ ਤਾਂ ਮੇਰੇ ਕੋਲ। ਦੋਸਤੋ, ਉਹ ਵੀਡੀਓ ਤੁਹਾਡੀ ਇਸ ਵੇਲੇ ਸਕਰੀਨ 'ਤੇ ਵੀ ਤੁਸੀਂ ਵੇਖ ਰਹੇ ਹੋ, ਅਤੇ ਤੁਹਾਨੂੰ ਦੱਸ ਦਈਏ ਇਹ ਕੁੜੀ ਜੋ ਹੈ ਪਹਿਲਾਂ ਵੀ ਇਸਦਾ ਕ੍ਰਿਮੀਨਲ ਰਿਕਾਰਡ ਰਿਹਾ ਹੈ। ਸੈਕਟਰ 34 ਥਾਣੇ ਦੇ ਵਿੱਚ 26 ਅਕਤੂਬਰ 2015 ਨੂੰ ਇਸਦੇ ਖਿਲਾਫ FIR ਦਰਜ ਹੁੰਦੀ ਹੈ, ਅਤੇ ਸੈਕਸ਼ਨ ਲੱਗਦਾ 317, ਅਤੇ 31 ਅਕਤੂਬਰ 2015 ਨੂੰ ਇਸਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਸਾਡੇ ਨਾਲ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਵੀ ਮੌਜੂਦ ਨੇ, ਗੱਲਬਾਤ ਕਰਾਂਗੇ। ਤੁਸੀਂ ਵੀ ਸੋਸ਼ਲ ਮੀਡੀਆ 'ਤੇ ਵੀਡੀਓ ਪਾਈ, ਤੁਸੀਂ ਕਿਹਾ ਕਿ ਤੁਸੀਂ ਨਿੱਜੀ ਤੌਰ 'ਤੇ ਨਹੀਂ, ਲੇਕਿਨ ਉਸ ਕੁੜੀ ਦੀਆਂ ਮਤਲਬ ਜੋ ਉਸ ਹਰਕਤਾਂ ਨੇ ਜਾਂ ਉਸਦੇ ਜੋ ਬਿਹੇਵੀਅਰ ਹੈ, ਤੁਸੀਂ ਇਸ ਤੋਂ ਕਾਫੀ ਲੰਮੇ ਸਮੇਂ ਤੋਂ ਜਾਣੂ ਸੀ, ਕਿਵੇਂ? ਜੀ, ਐਕਚੁਲੀ ਮੇਰਾ 46 ਸੈਕਟਰ ਜਾਣਾ ਆਉਣਾ ਲੱਗਿਆ ਰਹਿੰਦਾ ਆ, ਅਤੇ ਉਹਨੂੰ 46 ਸੈਕਟਰ ਦੀ ਮਾਰਕੀਟ ਦੇ ਵਿੱਚ ਆਲਮੋਸਟ ਹਰ ਕੋਈ ਜਾਣਦਾ ਆ। 46 ਦੇ ਵਿੱਚ ਇੱਕ ਠੇਕਾ ਆ, 46D ਦੇ ਵਿੱਚ ਆ ਸ਼ਾਇਦ, ਠੇਕੇ ਦੇ ਉੱਤੇ ਇਹਨੇ ਜਾਣਾ। ਉੱਥੇ ਇੱਕ ਟੈਕਸੀ ਸਟੈਂਡ ਆ, ਟੈਕਸੀ ਵਾਲਿਆਂ ਨਾਲ ਇਹਦੀ ਆਪਣੀ ਮਤਲਬ ਕਦੇ ਲੜਾਈ ਝਗੜਾ, ਕਦੇ ਮੇਲ ਜੋਲ ਜੋ ਵੀ ਆ ਚੱਲਦਾ ਰਹਿੰਦਾ ਸੀ। ਉੱਥੇ ਮੈਨੂੰ 2012 ਦੇ ਵਿੱਚ ਕਿਸੇ ਨੂੰ ਕੁੱਟ ਕੇ ਮਾਰ ਕੇ ਅਤੇ ਆਪ ਜ਼ਖਮੀ ਹੋਏ, ਉਦੋਂ ਮੈਨੂੰ ਹਾਲਾਤ ਦੇ ਵਿੱਚ ਦੇਖਿਆ ਸੀ, ਅਤੇ ਉਦੋਂ ਤੋਂ ਫਿਰ ਹੌਲੀ ਹੌਲੀ ਇਹਦੇ ਬਾਰੇ ਖਬਰਾਂ, ਜਿਵੇਂ ਉੱਥੇ ਜਦੋਂ ਆਪਾਂ ਜਾਂਦੇ ਉੱਥੇ ਤਾਂ ਸਾਰੇ ਲੋਕ ਜਾਂਦੇ ਆ, 47 ਸੈਕਟਰ ਦੇ, 46 ਸੈਕਟਰ ਦੇ ਸਾਰੇ ਹੀ ਲੋਕ ਆਲਮੋਸਟ ਇਸ ਕੁੜੀ ਨੂੰ ਜਾਣਦੇ ਨੇ। ਹਾਂ, ਕਈਆਂ ਕੋਲੇ ਸ਼ੀਤਲ ਸ਼ਰਮਾ ਆ, ਕਈਆਂ ਕੋਲੇ ਸ਼ੀਤਲ ਸੰਧੂ ਆ, ਨਾਮ ਵੀ ਬਦਲਦੀ ਹੈ, ਨਾਮ ਵੀ ਬਦਲਦੀ ਆ। ਇਹ ਪਠਾਨਕੋਟ ਦੀ ਰਹਿਣ ਵਾਲੀ ਆ, ਅਤੇ ਇਹਦੇ 'ਤੇ NDPS ਦੇ ਚਾਰਜਸ ਵੀ ਲੱਗੇ ਸੀ, ਜਿਹਦੇ ਕਰਕੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵੀ ਰਹਿ ਚੁੱਕੀ ਆ 2013-14 ਦੇ ਵਿੱਚ।
15 ਦੇ ਵਿੱਚ ਜਿਹੜੀ ਐਫ ਆਈ ਆਰ ਦੀ ਤੁਸੀਂ ਗੱਲ ਕਰਦੇ ਹੋ 300, ਇਹਨੇ 46 ਸੈਕਟਰ ਦਾ ਜਿਹੜਾ ਮੰਦਿਰ ਆ ਉਹਦੇ ਬਾਹਰ ਆਪਣੀ ਬੱਚੀ ਨੂੰ ਸਿੱਟ ਕੇ ਭੱਜ ਚੱਲੀ ਸੀਗੀ ਤੇ ਫਿਰ ਉੱਥੋਂ ਪੁਲਿਸ ਨੇ ਇਹਨੂੰ ਫੜਿਆ ਸੀ, ਤਾਂ ਇਹਦੇ ਤੇ 317 ਲੱਗੀ ਸੀ ਆਪਣੀ। 317 ਦੀ ਵੀ ਸਜ਼ਾ ਕਿੰਨੀ ਹੁੰਦੀ ਹੈ? 317 ਦੇ ਵਿੱਚ 7 ਸਾਲ ਦੀ ਸਜ਼ਾ ਹੁੰਦੀ ਆ ਤੇ ਫਾਈਨ ਵੀ ਹੁੰਦਾ ਆ। ਫਿਰ ਇਹ ਤਾਂ 2015 ਦੀ ਗੱਲ ਹੈ, 2019 ਚ ਅਸੀਂ ਹੈ ਇਸ ਵੇਲੇ, ਇਹ ਛੁੱਟ ਗਈ ਜਾਂ ਕੀ ਕਾਰਨ ਰਿਹਾ ਹੋ ਸਕਦਾ? ਉਹੀ ਚੀਜ਼ਾਂ ਤਾਂ ਕਨਫਿਊਜ਼ਿੰਗ ਆ ਕਿ ਇਹ ਬਾਹਰ ਕਿਵੇਂ ਆ ਗਈ, ਕਿਉਂਕਿ ਉਸ ਚੀਜ਼ ਦੇ ਤਾਂ ਪੂਰੇ ਵੈਲਿਡ ਪ੍ਰੂਫ ਆ, ਉਹਦੀ ਜਿਹੜੀ ਬੇਟੀ ਆ ਉਹ ਸ਼ੈਨਾਲਿਆ ਦੇ ਵਿੱਚ ਪਲ ਰਹੀ ਆ ਤੇ ਇਹਨੇ ਆਪਣੀ ਬੇਟੀ ਨੂੰ ਵੇਚਣ ਦੀ ਵੀ ਬਾਅਦ ਵਿੱਚ ਕੋਸ਼ਿਸ਼ ਕੀਤੀ ਆ। ਇਹ ਸਾਰੇ ਬਿਲਕੁਲ ਮਤਲਬ ਟਰੂ ਫੈਕਟ ਆ। 34 ਦੇ ਵਿੱਚ ਇਹਦੇ ਐਫ ਆਈ ਆਰ ਦਰਜ ਆ, ਫਿਰ ਇਹਨੂੰ ਸਜ਼ਾ ਕਿਉਂ ਨਹੀਂ ਹੋਈ? ਜਾਂ ਤਾਂ ਇਹਦਾ ਕੰਪਰੋਮਾਈਜ਼ ਹੋ ਗਿਆ ਜਾਂ ਕੀ ਹੋਇਆ ਕੀ ਨਹੀਂ ਹੋਇਆ ਪਤਾ ਨਹੀਂ। ਔਰ NDPS ਦੇ ਵਿੱਚ ਵੀ ਇਹ ਬਾਹਰ ਨਹੀਂ ਆ ਸਕਦੀ, ਅੰਮ੍ਰਿਤਸਰ ਜੇਲ੍ਹ 'ਚ ਰਹੀ ਆ, ਉੱਥੋਂ ਵੀ ਕਿਵੇਂ ਬਾਹਰ ਆ ਗਈ? ਇਹ ਸਾਰੀ ਚੀਜ਼ ਆਪਣੇ ਪ੍ਰਸ਼ਾਸਨ ਆਪਣੇ ਸਿਸਟਮ ਦੇ ਉੱਤੇ ਕੁਐਸਚਨ ਮਾਰਕ ਲਾਉਂਦੇ ਆ ਕਿ ਕਿੱਦਾਂ ਇੱਕ ਕ੍ਰਿਮੀਨਲ ਜਿਹੜਾ ਹੈਗਾ ਆ ਉਹ ਕਿੱਦਾਂ ਮਤਲਬ ਸਜ਼ਾ ਜਿੱਥੇ ਬਣਦੀ ਆ ਉੱਥੋਂ ਵੀ ਬਾਹਰ ਨਿਕਲ ਆਉਂਦਾ ਆ। ਮਿਲੀ ਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪ੍ਰਸ਼ਾਸਨ ਦੇ ਨਾਲ? ਇਸ ਹਿਸਾਬ ਨਾਲ ਦੇ ਵਿੱਚ ਤਾਂ ਮਤਲਬ ਜਿਵੇਂ ਦਾ ਇਹਦੇ 'ਤੇ ਸੰਗੀਨ ਜਿਹੜੇ ਜੁਰਮ ਨੇ ਉਹਨਾਂ ਦੇ ਹੁੰਦੇ ਹੋਏ ਬੰਦਾ ਇਹ ਕੰਮ ਤਾਂ ਬਾਹਰ ਆ ਨਹੀਂ ਪਾਉਂਦਾ, ਫਿਰ ਇਹ ਕਿਉਂ ਬਾਹਰ ਆ ਜਾਂਦੀ ਆ, ਕਿਵੇਂ ਬਾਹਰ ਆ ਜਾਂਦੀ ਆ? ਹੁਣ ਇਹ ਤਾਂ ਇਹ ਪ੍ਰਸ਼ਾਸਨ ਦੇ ਉੱਤੇ ਤੇ ਸਾਰੀਆਂ ਚੀਜ਼ਾਂ ਦੇ ਉੱਤੇ ਸਵਾਲੀਆ ਜਿਹੜਾ ਮਾਰਕ ਆ ਉਹ ਤਾਂ ਲਗਾਉਂਦੇ ਆ। ਆਮ ਤੌਰ 'ਤੇ ਵੇਖਿਆ ਜਾਂਦਾ ਹੈ ਕਿ ਜੇਕਰ ਕੁੜੀਆਂ ਦੇ ਨਾਲ ਕੁਛ ਵੀ ਮਿਸਬਿਹੇਵ ਹੋਵੇ ਕੁੜੀਆਂ ਸਾਹਮਣੇ ਆਉਂਦੀਆਂ ਨੇ, ਪਰ ਇਸ ਵਾਰ ਮਾਮਲਾ ਕੁਛ ਉਲਟਾ ਹੈ। ਕੁੜੀ ਵੱਲੋਂ ਮੁੰਡੇ ਨਾਲ ਕੁੱਟਮਾਰ ਕੀਤੀ ਗਈ, ਰੌਡਾਂ ਮਾਰੀਆਂ ਗਈਆਂ, ਟਾਂਕੇ ਲੱਗੇ ਨੇ, ਅਤੇ ਬੀਇੰਗ ਅ ਲੇਡੀ ਤੁਸੀਂ ਸਾਹਮਣੇ ਆਏ ਹੋ, ਹੈ ਨਾ, ਕਿਵੇਂ ਵੇਖਦੇ ਹੋ ਇਸ ਮਾਮਲੇ ਨੂੰ? ਸਰ ਮੈਂ ਬੀਇੰਗ ਅ ਲੇਡੀ, ਬੀਇੰਗ ਅ ਹਿਊਮਨ ਬੀਇੰਗ ਆਈ ਹਾਂ। ਮੈਂ ਆਪਣੇ ਆਪ ਨੂੰ ਸੋਸ਼ਲ ਐਕਟੀਵਿਸਟ ਕਹਿੰਦੀ ਹਾਂ ਜਾਂ ਸਮਝਦੀ ਹਾਂ, ਮੈਂ ਲੋਇਰ ਹਾਂ ਅਤੇ ਮੇਰਾ ਫਰਜ਼ ਬਣਦਾ ਕਿ ਜੋ ਰਾਈਟ ਆ ਉਹਦੀ ਸਪੋਰਟ ਕਰਾਂ। ਮੈਂ ਆਮ ਆ ਇੰਪਾਵਰਡ ਗਰਲ ਅਤੇ ਮੈਂ ਵਿਮਨ ਇੰਪਾਵਰਮੈਂਟ ਦੀ ਗੱਲ ਕਰਦੀ ਹਾਂ। ਅਜੇ ਜਦੋਂ ਇਹੋ ਜਿਹੀਆਂ ਕੁੜੀਆਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੀ ਸਾਡੀ ਇੰਪਾਵਰਮੈਂਟ ਆ ਉਹਦੇ ਉੱਤੇ ਸਵਾਲੀਆ ਨਿਸ਼ਾਨ ਲਾ ਜਾਂਦੀਆਂ ਨੇ। ਜਦੋਂ ਕੁੜੀਆਂ ਨੂੰ ਇੱਕ ਤਾਂ ਅਸੀਂ ਹਜੇ ਆਪਣੀ ਇਕੁਐਲਿਟੀ ਲਈ ਸਟਰਗਲ ਕਰ ਰਹੇ ਹਾਂ, ਠੀਕ, ਅਤੇ ਇਹੋ ਜਿਹੇ ਜਦੋਂ ਆ ਜਾਂਦੇ ਆ ਮਾਪੇ ਸੋਚਣ ਲੱਗ ਜਾਂਦੇ ਆ ਵੀ ਇਹੋ ਜਿਹੇ ਅਨਸਰ ਵੀ ਉਹ ਆਪਣੀਆਂ ਧੀਆਂ ਨੂੰ ਇਕੁਐਲਿਟੀ ਦੇਣ ਤੋਂ ਥੋੜ੍ਹੀ ਜਿਹੀ ਗੁਰੇਜ਼ ਕਰਨ ਲੱਗ ਜਾਂਦੇ ਆ। ਸੋ ਮੇਰਾ ਅੱਗੇ ਆਉਣ ਦਾ ਪਰਪਸ ਇਹੀ ਆ ਕਿ ਇਹੋ ਜਿਹੀਆਂ ਕੁੜੀਆਂ ਜਿਹੜੀਆਂ ਸਾਡੇ ਵਰਗੀਆਂ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਾ ਜਾਂਦੀਆਂ ਨੇ, ਉਹ ਸਾਡੀ ਇੱਕ ਔਰਤ ਹੋਣ ਦੇ ਉੱਤੇ ਧੱਬਾ ਆ, ਸਿੱਧੀ ਜਿਹੀ ਗੱਲ ਆ, ਇਸ ਲਈ ਮੈਂ ਉਹਦੇ ਅਗੇਂਸਟ ਖੜੀ ਹਾਂ ਕਿਉਂਕਿ ਉਹ ਗਲਤ ਆ। ਤੁਹਾਨੂੰ ਲੱਗਦਾ ਹੈ ਕਿ ਆਮ ਤੌਰ 'ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕੁੜੀਆਂ ਦੇ ਖਿਲਾਫ ਕੁਛ ਵੀ ਹੋਵੇ ਤਾਂ ਵੁਮੈਨ ਕਮਿਸ਼ਨ ਸਭ ਤੋਂ ਪਹਿਲਾਂ ਅੱਗੇ ਆਉਂਦਾ ਹੈ? ਜੇਕਰ ਹੁਣ ਕੁੜੀ ਨੇ ਗਲਤੀ ਕੀਤੀ ਹੈ ਤਾਂ ਵੁਮੈਨ ਕਮਿਸ਼ਨ ਨੂੰ ਐਕਸ਼ਨ ਲੈਣਾ ਚਾਹੀਦਾ ਸੂ ਮੋਟੋ? ਬਿਲਕੁਲ ਲੈਣਾ ਚਾਹੀਦਾ ਆ, ਕਿਉਂਕਿ ਜੇ ਕੁੜੀਆਂ ਗਲਤ ਕਰਦੀਆਂ ਨੇ ਉਹਨਾਂ ਦੇ ਲਈ ਵੀ ਵਿਮੈਨ ਕਮਿਸ਼ਨ ਨੂੰ, ਹਿਊਮਨ ਰਾਈਟ ਕਮਿਸ਼ਨ ਨੂੰ, ਸਭ ਨੂੰ ਅੱਗੇ ਆਉਣਾ ਚਾਹੀਦਾ ਆ, ਕਿਉਂਕਿ ਇੱਦਾਂ ਦਾ ਫਿਰ ਉਹੀ ਗੱਲ ਆ ਨਾ ਕਿ ਲੋਅ ਦਾ ਮਿਸਯੂਜ਼ ਹੁੰਦਾ ਰਹੂਗਾ, ਕਿਉਂਕਿ ਅੱਜ ਕੱਲ੍ਹ ਤਾਂ ਆਪਾਂ ਜਿੰਨਾ ਕੁਛ ਦੇਖਦੇ ਹਾਂ ਕੁੜੀਆਂ ਲੋਅ ਦਾ ਮਿਸਯੂਜ਼ ਜ਼ਿਆਦਾ ਕਰਨ ਲੱਗ ਗਈਆਂ ਨੇ, ਠੀਕ ਹੈ, ਡੋਰੀ ਲੋਅ ਦਾ ਮਿਸਯੂਜ਼ ਹੁੰਦਾ, ਰੇਪ ਲੋਅ ਦਾ ਮਿਸਯੂਜ਼ ਹੁੰਦਾ ਆ। ਤੁਸੀਂ ਮੀਡੀਆ ਵਾਲੇ ਹੋ, ਤੁਹਾਨੂੰ ਤਾਂ ਸਾਰੀਆਂ ਚੀਜ਼ਾਂ ਬਿਲਕੁਲ ਕਲੀਅਰ ਨੇ। ਸੋ ਇਸ ਸਮੇਂ ਇਹਨਾਂ ਚੀਜ਼ਾਂ ਦੇ ਲਈ ਮਤਲਬ ਆਪਾਂ ਨੂੰ ਸਮਝਣਾ ਪਊਗਾ। ਹੁਣ ਤੁਸੀਂ ਦੇਖੋ ਕਿ ਡੋਰੀ ਦਾ ਜਦੋਂ ਮਿਸਯੂਜ਼ ਕਰਨ ਲੱਗ ਗਈਆਂ ਕੁੜੀਆਂ, ਉਹਦੇ ਕਰਕੇ ਹੁਣ ਡਾਇਰੈਕਟ ਜਿਹੜੀ ਹੈਗੀ ਆ ਅਰੈਸਟ ਵੀ ਬੰਦ ਹੋ ਗਈ, ਫਿਰ ਉਹਦੇ ਕਰਕੇ ਆ ਜਿਹੜਾ ਰੀਅਲ ਵਿਕਟਮ ਹੁੰਦਾ ਨਾ ਉਹ ਅਨਹਰਡ ਰਹਿ ਜਾਂਦਾ ਆ। ਸਹੀ ਜਿਹੜੇ ਵਿਕਟਮ ਆ ਜਿਹੜੀਆਂ ਸਹੀ ਦੇ ਵਿੱਚ ਵਿਕਟਮ ਕੁੜੀਆਂ ਨੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ। ਸੋ ਇਸ ਲਈ ਇਹੋ ਜਿਹੀਆਂ ਕੁੜੀਆਂ ਇਹੋ ਜਿਹੇ ਜਿਹੜੇ ਗਲਤ ਅਨਸਰ ਆ ਉਹਨਾਂ ਦੇ ਖਿਲਾਫ ਤਾਂ ਸਾਨੂੰ ਖੜਨਾ ਪਊਗਾ, ਵਿਮਨ ਕਮਿਸ਼ਨ ਨੂੰ ਇਸ ਚੀਜ਼ ਦੇ ਉੱਤੇ ਸੂਓ ਮੋਟੋ ਲੈਣਾ ਪਊਗਾ। ਕੋਈ ਮੁੰਡਿਆਂ ਲਈ ਕਮਿਸ਼ਨ ਹੈਗਾ ਕੋਈ ਖਾਸ ਤੌਰ ਤੇ? ਹਿਊਮਨ ਰਾਈਟ ਕਮਿਸ਼ਨ ਮੁੰਡਿਆਂ ਲਈ ਉਹ ਬਚਦਾ ਹੈ, ਉਹ ਕੁੜੀਆਂ ਵਾਸਤੇ ਉਹ ਵੀ ਹੈਗਾ ਹੈ ਤੇ ਵੁਮਨ ਕਮਿਸ਼ਨ ਅਲੱਗ ਵੀ ਹੈਗਾ, ਕਮਿਸ਼ਨ ਵੀ ਹੈਗਾ ਉਹਦੇ ਵੀ। ਚਲੋ ਉਹਦੇ ਵੀ ਰੀਜ਼ਨ ਨੇ ਕਿਉਂਕਿ ਆਪਣੇ ਸਮਾਜ ਦੇ ਵਿੱਚ ਮੇਲ ਡੋਮੀਨੈਂਸ ਰਹੀ ਆ, ਠੀਕ, ਅਤੇ ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਸਹੀ ਆ, ਕਿਉਂਕਿ ਫਿਰ ਉਹੀ ਗੱਲ ਆਉਂਦੀ ਹੈ ਨਾ ਜੇ ਇਹੋ ਜਿਹੇ ਗਲਤ ਨੇ ਤਾਂ 70-80% ਉਹ ਵੀ ਹੈਗੇ ਆ ਜਿਨ੍ਹਾਂ ਦੇ ਨਾਲ ਰਿਐਲਿਟੀ 'ਚ ਗਲਤ ਹੁੰਦਾ ਆ। ਪਰ ਠੀਕ ਆ, ਕੁੜੀਆਂ ਨਜਾਇਜ਼ ਫਾਇਦਾ ਚੱਕਣ ਲੱਗ ਗਈਆਂ ਨੇ, ਇਸ ਲਈ ਵਿਮਨ ਕਮਿਸ਼ਨ ਨੂੰ ਇਸ ਬਾਰੇ ਵੀ ਸੋਚਣਾ ਪਊਗਾ। ਸਿਰਫ ਸਾਨੂੰ ਬਾਇਸ, ਮੈਂ ਹੁਣ ਹਿਊਮਨ ਰਾਈਟ ਐਕਟੀਵਿਸਟ ਹਾਂ,
ਤਾਂ ਮੈਂ ਇੱਕ ਫੀਮੇਲ ਆ, ਮੈਂ ਵਿਮੈਨ ਐਮਪਾਵਰਮੈਂਟ ਦੀ ਗੱਲ ਕਰਦੀ ਹਾਂ, ਪਰ ਜੇ ਮੇਰੇ ਵਰਗੀ ਅੱਖਾਂ ਬੰਦ ਕਰਕੇ ਦੇਖੂਗੀ ਕਿ ਕੁੜੀ ਇੱਦਾਂ ਆ, ਤਾਂ ਫਿਰ ਉਹ ਗਲਤ ਆ ਮੇਰੇ ਲਈ ਵੀ, ਸਾਨੂੰ ਮੁੰਡਿਆਂ ਲਈ ਵੀ ਖੜਨਾ ਪਊਗਾ, ਖੜਨਾ ਪੈਣਾ ਆ, ਸਾਰਿਆਂ ਨੂੰ ਹੀ ਖੜਨਾ ਪੈਣਾ ਆ ਇਸ ਚੀਜ਼ ਲਈ। ਜੇਕਰ ਕੁੜੀ ਗਲਤ ਹੈ ਤਾਂ ਸਟੇਟ ਵੁਮੈਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਸ ਕੁੜੀ ਦੇ ਖਿਲਾਫ ਵੀ ਬਣਦਾ ਐਕਸ਼ਨ ਲਿਆ ਜਾਵੇ। ਨਿਤਿਸ਼, ਮੈਂ ਸੁਣਿਆ ਇਹ ਵੀ ਗਿਆ ਕਿ ਉਦੋਂ ਮੌਕੇ 'ਤੇ ਵੀ ਉਸ ਕੁੜੀ ਨੇ ਤੁਹਾਨੂੰ ਧਮਕੀ ਵੀ ਦਿੱਤੀ ਮਾਰਨ ਦੀ, ਅਤੇ ਤੁਹਾਨੂੰ ਹੁਣ ਕੋਈ ਖਤਰਾ ਹੈ ਜਾਣ ਦਾ? ਹਾਂਜੀ ਸਰ, ਖਤਰਾ ਹੈ। ਜਿਸ ਟਾਈਮ ਮੈਂ ਮਾਰ ਰਹੀ ਸੀ ਉਹ ਮੈਨੂੰ ਕਹਿ ਰਹੀ ਸੀ ਤੇਰੇ ਕੋਲ ਤਾਂ ਮੈਂ ਬੈਠੇ ਬੈਠੇ ਤੇਰੇ ਕੋਲ ਮਰਵਾ ਦੂੰ, ਉਹ ਚੁਟਕੀ ਮਾਰ ਕੇ ਬੋਲ ਰਹੀ ਸੀ ਤੂੰ ਰੁਕ ਜਾ, ਤੂੰ ਮੇਰੇ ਕੋਲ ਜੇਲ੍ਹ ਨਹੀਂ ਕਰਵਾ ਸਕਦਾ, ਐਸਾ ਕੋਈ ਬਾਪਕਾ ਲਾਲ ਮਾਈਕਾ ਲਾਲ ਹੈ ਨਹੀਂ ਜੋ ਮੇਰੇ ਕੋਲ ਜੇਲ੍ਹ ਕਰ ਦੇਗਾ। ਔਰ ਉਸ ਲੜਕੀ ਮੇਰੇ ਕੋਲ ਥੋੜ੍ਹਾ ਸਾ ਕੰਟੈਕਟ ਮੈਂ ਆਇਆ ਹੈ, ਥੋੜ੍ਹਾ ਸਾ ਮੈਂ ਕੋਰਟ ਸੇ ਪਤਾ ਲੱਗਾ ਪੇਸ਼ ਕਰ ਰਹਾ ਉਸਕੋ, ਉਸਨੇ ਮੁਝੇ ਕਹਾ, ਉਸਨੇ ਕਿਸੀ ਕੇ ਮੈਸੇਜ ਭਿਜਵਾਇਆ ਕਿ ਇਸ ਕੋ ਮੈਂ ਜੇਲ੍ਹ ਮੈਂ ਬੈਠੇ ਬੈਠੇ ਮਰਵਾ ਦੂੰਗੀ, ਮੁਝੇ ਉਸਸੇ ਖਤਰਾ ਹੈ ਜੀ, ਮੁਝੇ ਵੀ ਕਿਹਾ ਮੇਰੀ ਪੂਰੀ ਫੈਮਿਲੀ ਕੋ ਖਤਰਾ ਹੈ ਜੀ, ਅਗਰ ਮੁਝੇ ਕੁਛ ਹੋਤਾ ਹੈ ਤੋ ਚੰਡੀਗੜ੍ਹ ਪ੍ਰਸ਼ਾਸਨ ਇਸਕਾ ਜ਼ਿੰਮੇਦਾਰ ਹੋਏਗਾ। ਜਿਸ ਮਤਲਬ ਭਰੋਸੇ ਦੇ ਨਾਲ, ਜਿਸ ਮਤਲਬ ਕਿ ਇੱਕ ਜਜ਼ਬੇ ਦੇ ਨਾਲ ਉਹ ਕਹਿੰਦੀ ਪਈ ਹੈ, ਲਾਜ਼ਮੀ ਤੌਰ 'ਤੇ ਕਿਹਾ ਜਾ ਸਕਦਾ ਕਿ ਮਿਲੀ ਭੁਗਤ ਹੈਗੀ ਹੈ, ਕਹਿ ਰਹੀ ਹੈ ਮੈਂ ਜੇਲ੍ਹ ਦੇ ਵਿੱਚ ਬੈਠ ਕੇ ਵੀ ਤੈਨੂੰ ਮਰਵਾ ਸਕਦੀ ਹਾਂ? ਸਰ ਉਹੀ ਗੱਲ ਆ ਗਈ ਨਾ, ਜਿਹੜੀ ਦੇ ਉੱਤੇ 317 ਦਾ ਪਰਚਾ ਹੋਵੇ, NDPS ਦਾ ਪਰਚਾ ਹੋਵੇ, ਉਹ ਕੁੜੀ ਸ਼ਰੇਆਮ ਬਾਹਰ ਘੁੰਮਦੀ ਪਈ ਆ, ਠੀਕ, ਪਰੂਫ ਹੁੰਦੇ ਹੋਏ, ਠੀਕ, ਸ਼ਰੇਆਮ ਘੁੰਮ ਰਹੀ ਹੈ ਤਾਂ ਇਹਦਾ ਮਤਲਬ ਵੀ ਉਹਦੇ ਕਿੱਥੇ ਕਿੱਥੇ ਤੇ ਲਿੰਕ ਹੋਣਗੇ, ਇਸ ਚੀਜ਼ ਦੇ ਵਿੱਚ ਕੋਈ ਡਾਊਟ ਨਹੀਂ ਗਾ। ਇਹ ਚੀਜ਼ ਮੈਨੂੰ ਵੀ ਪਤਾ ਹੈ ਕਿ ਉਹਦੇ ਬਹੁਤ ਲੋਕਾਂ ਨਾਲ ਇਹੋ ਜਿਹੇ ਲਿੰਕ ਆ, ਔਰ ਜਿਹੜਾ ਵੀ ਉਹਦੇ ਅਗੇਂਸਟ ਖੜਾ ਇਹਨਾਂ ਨੂੰ ਹੀ ਨਹੀਂ, ਮੈਨੂੰ ਮੀਡੀਆ ਵਾਲੇ ਜਿਹੜੇ ਇਹਦੇ ਬਾਰੇ ਬੋਲਣਗੇ ਉਹਨਾਂ ਨੂੰ ਵੀ ਖਤਰਾ ਆ, ਸਭ ਨੂੰ ਖਤਰਾ ਹੈ ਉਸ ਕੁੜੀ ਨੂੰ। ਅਤੇ ਮੇਰੀ ਤਾਂ ਇਹੀ ਪ੍ਰਸ਼ਾਸਨ ਨੂੰ, ਸਾਰਿਆਂ ਨੂੰ ਇਹੀ ਅਪੀਲ ਆ ਕਿ ਇਹੋ ਜਿਹੇ ਗਲਤ ਅੰਸਰਾਂ ਨੂੰ ਅੰਦਰ ਰੱਖੋ, ਇਹਨਾਂ ਦੀ ਜੋ ਬਣਦੀ ਕਾਰਵਾਈ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਨਿਤਿਸ਼, ਕਿਉਂ ਨਿਤਿਸ਼ ਦੀ ਫੈਮਿਲੀ ਵਿੱਚੋਂ ਵੀ ਕਿਸੇ ਨੂੰ ਕੁਛ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਉਹ ਕੁੜੀ ਅਤੇ ਪ੍ਰਸ਼ਾਸਨ ਹੈ। ਬਿਲਕੁਲ, ਅਤੇ ਗੱਲ ਇਹ ਵੀ ਹੈ ਕਿ ਜਿਵੇਂ ਨਿਤਿਸ਼ ਨੇ ਕਿਹਾ ਕਿ ਇਹਨਾਂ ਦੀ ਜਾਨ ਨੂੰ ਖਤਰਾ ਹੈ, ਅਤੇ ਜਿਵੇਂ ਉਹ ਕੁੜੀ ਨੇ ਧਮਕੀ ਵੀ ਦਿੱਤੀ ਹੈ, ਸਵਾਲ ਕਈ ਉੱਠਦੇ ਨੇ ਕਿ ਮਿਲੀ ਭੁਗਤ ਹੈ। ਸਭ ਤੋਂ ਵੱਡਾ ਸਵਾਲ 2015 ਦੇ ਵਿੱਚ ਜਦੋਂ ਉਸ ਕੁੜੀ ਦੀ ਗ੍ਰਿਫਤਾਰੀ ਹੋਈ 317 ਦੇ ਵਿੱਚ, ਆਖਿਰ ਉਹ ਬਾਹਰ ਕਿਵੇਂ ਆਈ, ਕੀ ਮੈਰਿਟਸ ਰਹੇ ਕਿ ਉਸਨੂੰ ਬਾਹਰ ਆਉਣ ਦਿੱਤਾ ਗਿਆ, ਮਿਲੀ ਭੁਗਤ ਸੀ ਜਾਂ ਕੁਛ ਹੋਰ ਗੱਲ ਹੈ, ਇਸ ਗੱਲ ਦੀ ਵੀ ਪੜਤਾਲ ਹੋਣੀ ਲਾਜ਼ਮੀ ਹੈ। ਪਰ ਸਵਾਲ ਇਹ ਵੀ ਹੈ ਕਿ ਜਿਵੇਂ ਕੁੜੀਆਂ ਦੇ ਨਾਲ ਜੇਕਰ ਕੋਈ ਵੀ ਧੱਕੇਸ਼ਾਹੀ ਹੁੰਦੀ ਹੈ ਅਤੇ ਵੁਮੈਨ ਕਮਿਸ਼ਨ ਜਿਵੇਂ ਪਹਿਲਾਂ ਵੀ ਕਿਹਾ ਸਾਹਮਣੇ ਆਉਂਦਾ ਹੈ, ਤਾਂ ਆਖਿਰ ਮੁੰਡਿਆਂ ਵਾਰੀ ਵੁਮੈਨ ਕਮਿਸ਼ਨ ਸੂਓ ਮੋਟੋ ਕਿਉਂ ਨਹੀਂ ਲੈ ਰਿਹਾ, ਜਦੋਂ ਇੱਕ ਕੁੜੀ ਦੀ ਗਲਤੀ ਹੈ ਅਤੇ ਕੁੜੀ ਉਹ ਠੋਕ ਕੇ ਕਹਿ ਰਹੀ ਹੈ ਕਿ ਮੈਂ ਤੈਨੂੰ ਜਾਨ ਤੂੰ ਮਾਰ ਦਿਆਂਗੀ, ਫਿਰ ਸਾਡੇ ਸਮਾਜ ਦੇ ਸੂਝਵਾਨ ਲੋਕ ਸੁੱਤੇ ਕਿਉਂ ਪਏ ਨੇ? ਵੀਡੀਓ ਜਰਨਲਿਸਟ ਲਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9563963।